बड़े रंग बिरंगे कई शक्लां दे ते बाहर आवाज 24 घंटे बाहर आवाज चल रही सारी दुनिया दे विच ओ नहीं बोलदे क्यों नहीं बोलदे पीछे करो भाई हाँ ओ क्यों नहीं बोलदे क्योंकि आम नहीं हुए ये आम भी कर दी ये सारे नो आम भी कर दिए ना क्या होएगा वो किसे मीटर से लग गया किसे वेवलेंथ से लग गया किसे साइकिल से लग गया वो आपको अपनी तुझी बजाऊंगे राम रावा प्या होगा जैसी हो किसे खास जगह तो कोई गल सुनना मंगते हैं तो ओ दे मीटर फर्ज कितना जलंधर है 347 मीटर से करेंगे ता जाके सानू उत्तम दी गल ओ गल भी इहदा मतलब यह है कि ओ उस वेवलेंथ से उस मीटर से उस साइकिल से जे कनेक्शन जोड़िए तो कम्युनिकेशन हो जाए ਕਮੀਮ ਹੋ ਜਾਏ ਤਾਂ ਉਥੋਂ ਦਾ ਤੇ ਇਥੋਂ ਦਾ ਮੇਲ ਹੋਏਗਾ ਨਹੀਂ ਤਾਂ ਹੋਣਾ ਨਹੀਂ ਮਹਾਰਾਜ ਜੀ ਅੱਧਾ ਕੁ ਫਰਕ ਹੋ ਜਾਏ ਨਾ ਅੱਧਾ ਕੀ ਤਾਂ ਕੀ ਹੋਊਗਾ ਦੋ ਆਵਾਜ਼ਾਂ ਹੋਣਗੀਆਂ ਤੇ ਕਈ ਵਾਰ ਐਵੇਂ ਵੀ ਹੁੰਦਾ ਕਿ ਉਹ ਹੋਰ ਕਿਸੇ ਪਾਸੇ ਵੀ ਚੱਲਦਾ ਹੁੰਦਾ ਬਹੁਤ ਹਾਈ ਪਾਵਰ ਦਾ ਪਾਕਿਸਤਾਨ ਦਾ ਜੀ ਬੜਾ ਇੰਡੋਨੇਸ਼ੀਆ ਜੀ ਬੜਾ ਹਾਈ ਪਾਵਰ ਦਾ ਹੈ ਉਹ ਸਾਡੀ ਆਵਾਜ਼ ਵੀ ਜਲੰਧਰ ਦੀ ਬਾਤ ਵੀ ਦੂਰ ਤੇ ਹੋਊਗੀ ਹਰ ਪਾਵਰਫੁਲ ਹੈ ਰੋਲ ਛੱਡਣਾ ਇਹ ਹੁੰਦਾ ਹੈ ਉਹ ਆਵਾਜ਼ ਕਈ ਵਾਰੀ ਆਉਂਦੀ ਇਹਦਾ ਮਤਲਬ ਇਹ ਹੈ ਕਿ ਇਸ ਕਮਿਊਨੀਕੇਸ਼ਨ ਵਾਸਤੇ ਇਸ ਮੇਲ ਅੰਦਰਲੇ ਮੇਲ ਵਾਸਤੇ ਮੇਲ ਵਾਸਤੇ ਸਾਡੇ ਅੰਦਰਲੇ ਰੇਡੀਓ ਟਿਊਨ ਹੋਣੇ ਚਾਹੀਦੇ ਹੈ ਜਿੱਥੋਂ ਨਾਲ ਤੇਜ਼ੀ ਦੇ ਨਾਲ ਟਿਊਨ ਕਰਾਂਗੇ ਉਹ ਆਵਾਜ਼ ਉਹਦੇ ਨਾਲ ਮੇਲ ਹੋਏਗਾ ਉਹਦੇ ਨਾਲ ਹੀ ਕਨੈਕਸ਼ਨ ਹੋਏਗਾ ਬਾਕੀ ਮੈਂ ਪਏ ਦੁਕਾਨਾਂ ਤੇ ਜਾ ਦੇਖੋ ਕਈ ਸੈਕੜੇ ਰੇਡੀਓ ਪਏ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੈ ਕਿਸੇ ਨਾਲ ਮੇਲ ਨਹੀਂ ਚੁੱਕ ਕਰਕੇ ਮੁਰਤੀ ਹੈ ਮੁਰਤੀ ਸ਼ਕਲਾਂ ਬੜੀਆਂ ਸੋਹਣੀਆਂ ਮੇਰੀ ਨਹੀਂ ਹੋਇਆ ਕਿ ਹਾਏ ਮੇਰੇ ਰੱਬ ਮਿਲਾ ਦਿਓ ਭਾਈ ਉਹ ਰੱਬ ਕੋਈ ਚੀਜ਼ ਥੋੜੀ ਤੁਸੀਂ ਅੱਖਾਂ ਜਾ ਦੇਖ ਲਓਗੇ ਉਹਨੂੰ ਵੱਖਰਾ ਕਿਉਂਕਿ ਉਹਦਾ ਆਤਮ ਸਰੂਪ ਹੈ ਜਾਗਤਿਕ ਜੋਤ ਹੈ ਜਿਸ ਵੇਵਲੈਂਥ ਤੇ ਅਕਾਲ ਪੁਰਖ ਹੈਗਾ ਉਹ ਵੇਵਲੈਂਥ ਨੂੰ ਸ਼ਬਦ ਕਿਹਾ ਹੈ ਨਾਮ ਕਿਹਾ ਹੈ ਯਾਦ ਰੱਖੋ ਬਾਕੀ ਹੁੰਦਾ ਜੇਕਰ ਅਸੀਂ ਰੱਬ ਨੂੰ ਮਿਲਣਾ ਹੈ ਜਮਾਨਾ ਵਾਲੇ ਉਹਨੂੰ ਹੋਰ ਕੁਛ ਕਹਿੰਦੇ ਆ ਮੁਸਲਮਾਨ ਨੂੰ ਇਲਹਾਮ ਕਹਿੰਦੇ ਆ ਵਰਡਲੈਸ ਵਰਡ ਕਹਿੰਦੇ ਆ ਕੋਈ ਕੁਛ ਕਹਿੰਦਾ ਕੋਈ ਸਪਿਰਿਟ ਕਹਿੰਦਾ ਕੋਈ ਬਲੱਸ ਕਹਿੰਦਾ ਕੁਝ ਵੀ ਹੋਵੇ ਜੇਕਰ ਰੱਬ ਨਾਲ ਮੇਲ ਕਰਨਾ ਤਾਂ ਸਾਨੂੰ ਉਸ ਵੇਵਲੈਂਥ ਤੇ ਜਿਸ ਵੇਵਲੈਂਥ ਤੇ ਰੱਬ ਵਰਤ ਰਿਹਾ ਯਾਦ ਰੱਖੋ ਜਿਸ ਵੇਵਲੈਂਥ ਤੇ ਰੱਬ ਵਰਤ ਰਿਹਾ ਹੈ ਉਹ ਵੇਵਲੈਂਥ ਕਿਹੜੀ ਹੈ ਉਹਨੂੰ ਸ਼ਬਦ ਕਿਹਾ ਹੈ ਗੁਰਬਾਣੀ ਵਿੱਚ ਫਿਰ ਉਹ ਸੱਥਾ ਬੱਬਾ ਦੱਦਾ ਜਾਂ ਨੰਨਾ ਮੰਮਾ ਇਹਦੇ ਵਿੱਚ ਕੈਦ ਨਹੀਂ ਹੈ ਉਹ ਵੇਵਲੈਂਥ ਇਹਦੇ ਵਿੱਚ
कैद नहीं है, वो अपने आप में जो इंडिपेंडेंट है, लतों से कैद नहीं आती। सो जेकर अपनो मिलना है, रब ना गल्ला करनी है, सामने देखना है, देखना है ना खाना नहीं, रब अनहद बाणी गुर शब्द ज्ञानी क्या थोड़ा है। राग जरा मंडल काजे अनमरिया ओ निसंहार, कोई इंस्ट्रूमेंट नहीं है जरा उसे बोल रहा है, इंस्ट्रूमेंट नहीं है, ओह शब्द रूप है, वो अनहद बाणी है, अनहद राग है, अनहद नाद है, जरा पकड़ विच नहीं आ सकता, साडे दिमाग दी समझ विच नहीं आ सकता। अनहद बाणी नूं किसने पकड़ जा सकता, अनहद बाणी गुर शब्द जाणी, शब्द केड़ा है, वो मीटर केड़ा है, शब्द का मीटर है, नाम का मीटर है, दिखा रब कि मूर्खता है। और भाई अपने मन उस ट्यून ते ले आओ, उस मीटर ते ले आओ, जिस मीटर ते अनहद शब्द सुने, अनहद नाम सुने, ते साडा मीटर किथे खुलदा है, दिसन हार दुनिया च। ਅਸੀਂ ਤਾਂ ਆਪਣੇ ਸਰੀਰ ਨੂੰ, ਇਸ ਰੇਡੀਓ ਨੂੰ ਕਿੱਥੇ ਲਾਇਆ ਹੋਇਆ, ਉਹ ਨੇੜੇ ਤੇੜੇ ਵੀ ਫਿਰ ਅਖਬਾਰ ਨੂੰ ਬੜਾ ਉਪਦਾਨ ਗਿਆ ਕਰਦਾ ਹੈ, ਕੋਈ ਚੁੱਪ ਕਰਦਾ ਹੈ, ਕੱਪੜੇ ਲਾਈ ਫਿਰਦਾ ਹੈ, ਜਾਂ ਕੋਈ ਕਿਆ ਕਰੀ ਫਿਰਦਾ ਹੈ, ਕੋਈ ਪਾਠ ਕਰੀ ਫਿਰਦਾ ਹੈ, ਕੋਈ ਪੂਜਾ ਕਰੀ ਫਿਰਦਾ ਹੈ, ਕੋਈ ਕੁਛ ਕਰੀ ਫਿਰਦਾ, ਕੁਛ ਕਰੀ ਜਾਓ ਭਾਈ, ਜਿੰਨਾ ਚਿਰ ਤੁਹਾਡਾ ਮਨ ਉਸ ਰਾਗ ਦੇ ਅਨਹਦ ਰਾਗ ਅਨਹਦ ਨਾਦ ਦੇ ਨਾਲ ਕਿਉਂ ਨਹੀਂ ਹੁੰਦਾ, ਤੁਹਾਨੂੰ ਰੱਬੀ ਨਾਦ ਰੱਬੀ ਰਾਗ ਨਹੀਂ ਸੁਣ ਸਕਦਾ, ਤੇ ਰੱਬੀ ਬੋਲੀ ਨਹੀਂ ਸੁਣਦੀ। ਰੱਬੀ ਬੋਲੀ ਹੈ, ਨਾਮ ਕੀ ਹੈ, ਰੱਬੀ ਬੋਲੀ ਹੈ, ਇਲਾਹੀ ਬੋਲੀ ਹੈ, ਉਹ ਪ੍ਰਕਾਸ਼ਮਈ ਹੈ, ਇਹਨਾਂ ਕੰਨਾਂ ਨਾਲ ਨਹੀਂ ਸੁਣਨੀ, ਉਹ ਤਾਂ ਮਨ ਨੇ ਸੁਣਨੀ ਹੈ, ਮਨ ਨੇ ਵੀ ਨਿਗਾਹ ਸੁਣੀ, ਅਨੁਭਵ ਨੇ ਸੁਣੀ ਹੈ। ਹਾਂ, ਇਹ ਮੇਲ ਦਾ ਸਾਡਾ ਮੇਲ ਕਿਸ ਤਰ੍ਹਾਂ ਹੈ, ਅੱਜ ਕਿੰਨੇ ਜਾਣੇ ਬੈਠੇ, ਕਿੰਨੇ ਸਰੀਰ ਹੈ, ਇਹ ਮਾਸ ਦੇ ਬਣੇ ਹੋਏ ਹੈ, ਮਾਸ ਇਕੱਠੇ ਹੋਏ ਹੈ, ਇਸਤਰੀ ਮਰਦ ਲਾਵਾਂ ਪੜੀਆਂ ਮਾਸ ਮੁਰਦੇ ਮੁਰਦ ਸਾਰਾ ਦਿਨ ਖੜਕਦੇ ਰਹਿੰਦੇ, ਇੱਕ ਦੂਸਰੇ ਨੂੰ ਈਰਖਾ ਦੁਆਇਆ ਨਾਲ ਸਾੜਦੇ ਰਹਿੰਦੇ ਹੈ, ਬਸ ਬਹੁਤ ਭਰੀ ਪਈ ਹੈ ਇਹ ਇੱਕ ਦੂਸਰੇ ਦੇ, ਇਸਤਰੀ ਮਰਦ ਨੇ ਪਿਓ ਪੁੱਤ ਭਰਾ ਸੱਸ ਨੂੰ ਤੇ ਹੋਰ ਸਭ ਕੁਛ ਉਹ ਨਫ਼ਰਤ ਨਾਲ ਇੱਕ ਦੂਸਰੇ ਨੂੰ ਸਾੜ ਰਹੇ, ਕਿਉਂਕਿ ਮੁਰਦੇ ਚੋਂ ਬਦਬੋ ਆਉਣੀ ਹੈ, ਇਹ ਬਦਬੋ ਹੈ ਜਿਹੜੀ ਦੁਨੀਆਂ ਦੇ ਉੱਤੇ ਦੁਨੀਆਂ ਤਬਾਹ ਹੋ ਰਹੀ ਹੈ। ਇਹ ਕਿਉਂ, ਇਹ ਕਿਉਂ, ਇਸ ਦਾ ਕਾਰਨ ਇਹ ਹੈ ਕਿ ਅਸੀਂ ਉਸ ਇੱਕ ਸ਼ਬਦ ਤੋਂ, ਸ਼ਬਦ ਦੀ ਜੋਰ ਤੋਂ, ਸ਼ਬਦ ਦੇ ਰਾਗ ਤੋਂ, ਅਨਹਦ ਸ਼ਬਦ ਅਨਹਦ ਬਾਣੀ ਤੋਂ ਉਹ ਸਾਨੂੰ ਨਹੀਂ ਲੱਗੀ, ਇਸ ਕਰਕੇ ਸਾਡਾ ਜੋਰ ਨਹੀਂ ਹੋਇਆ, ਕਮਿਊਨੀਅਨ ਨਹੀਂ ਹੋਇਆ, ਕਮਿਊਨੀਕੇਸ਼ਨ ਨਹੀਂ ਹੋਇਆ, ਇਸ ਕਰਕੇ ਅਸੀਂ ਉਹ ਨਹੀਂ ਸੁਣਿਆ, ਨਾ ਸੁਣ ਕਰਕੇ ਆ ਈਰਖਾ ਜਵਾਇਆ ਕਿ ਪੰਜੇ ਸਾਡੇ ਦੇ ਹਵਾਲੇ ਹੈ, ਇਹ ਪੰਜੇ ਕਿਉਂਕਿ ਆਪੋ ਆਪਣਾ ਰਾਗ ਅਲਾਪ ਰਹੇ ਹੈ, ਇਹ ਪੰਜੇ ਆਪੋ ਆਪਣਾ ਰਾਗ ਅਲਾਪ ਰਹੇ ਹੈ ਜਿਹਦੇ ਵਿੱਚ ਅਸੀਂ ਫਸੇ ਹੋਏ, ਇਹਨਾਂ ਰਾਗਾਂ ਜੀ ਕਦੇ ਫੁੱਟਬਾਲ ਹੁੰਦੀ ਹੈ, ਗਿਆਰਾਂ ਬੰਦੇ ਹੁੰਦੇ ਟੀਮ ਦੇ, ਬਸ ਉਹਨੂੰ ਟਿਕਣ ਪੈਂਦੇ, ਇੱਧਰੋਂ ਆਇਆ ਉਹਨੇ ਇੱਕ ਮਾਰਦੀ, ਉੱਧਰੋਂ ਆਇਆ
ਸਾਡਾ ਮੰਦਾ ਇਹ ਹਾਲ ਹੈ ਪੈਟਰੋਲ ਪੰਪ ਕਈ ਵੱਜਦੀਆਂ ਰਹਿੰਦੀਆਂ ਦਿਨ ਰਾਤ ਤੇ ਉਹ ਰਾਤ ਕੌਣ ਸੁਣੇ ਤੁਹਾਡੇ ਅੰਦਰ ਹੈ ਕਿਉਂ ਨੀ ਸੁਣਦਾ ਤੁਹਾਨੂੰ ਪਰ ਸਾਲੂ ਤਾਂ ਮਿਲੇ ਜਾਓ ਗੁਰ ਕਾ ਸ਼ਬਦ ਸੁਣੀ ਉਹ ਭਾਈ ਇਹਨਾਂ ਕੰਨਾਂ ਨਾਲ ਨੀ ਸੁਣੀ ਉਹਦਾ ਅਨੁਭਵ ਵਾਲਾ ਸੁਣੀ ਪਰ ਸਾਲੂ ਤਾਂ ਮਿਲੇ ਜਾਓ ਗੁਰ ਕਾ ਸ਼ਬਦ ਅਨੰਦ ਬਾਣੀ ਅੰਦਰ ਸੁਣੀ ਤੇ ਇਹਦੇ ਵਾਸਤੇ ਕਿਵੇਂ ਸੁਣੇਗੀ ਕਿਉਂ ਕਰਨਾ ਹੈ ਬਾਹਰ ਬਾਹਰ ਸਾਡਾ ਮਨ ਹੈ ਮਨ ਇਸ ਵੇਲੇ ਸਾਡਾ ਟਿਊਨ ਹੋਇਆ ਹੈ ਮਾਇਆ ਦੇ ਰਾਗ ਨਾਲ ਧਿਆਨ ਕਰੋ ਮਨ ਮਾਇਆ ਦੇ ਰਾਗ ਵਿੱਚ ਟਿਊਨ ਹੋਇਆ ਹੈ ਇਸ ਕਰਕੇ ਮਾਇਆ ਦੇ ਰਾਗ ਸਾਨੂੰ ਸੁਣਦੇ ਹੋਰ ਰੱਬ ਦਾ ਰਾਗ ਨਹੀਂ ਸੁਣਦਾ ਸਾਨੂੰ ਇਹ ਉਲਟਾਉਣਾ ਪਏਗਾ ਮਨ ਨੂੰ ਇਹ ਦੁਸ਼ਮਣ ਤੋਂ ਉਲਟਾ ਕੇ ਅੰਦਰ ਮੁਖੀ ਕਰਨਾ ਹੋਊਗਾ ਤੇ ਅੰਦਰ ਸ਼ਬਦ ਰਾਗ ਹੈ ਅਨਹਦ ਬਾਣੀ ਹੈ ਅਨਹਦ ਧੁਨ ਹੈ ਅਨਹਦ ਧੁਨ ਮੇਰਾ ਮਨ ਮੋਹਿਓ ਇਹ ਤੁਹਾਡਾ ਮਨ ਹੈ ਅਜਾ ਮੋਹ ਕੇ ਇਹ ਤਿਆਗਣੀ ਨਹੀਂ ਪਏਗੀ ਮਾਇਆ ਇਹ ਤਿਆਗਣੀ ਇਹ ਤੁਹਾਡੇ ਕੋਲ ਤਿਆਗੀ ਜਾਏਗੀ ਆਪੇ ਅਨਹਦ ਧੁਨੀ ਮੇਰਾ ਮਨ ਮੋਹਿਓ ਤਿਆਗ ਕਰ ਮੈਂ ਕੱਪੜੇ ਨੀ ਪਾਉਣੇ ਮੈਂ ਖਾਣਾ ਨੀ ਮੈਂ ਧੀਆਂ ਨੂੰ ਹੱਥ ਨੀ ਲਾਉਣਾ ਮੈਂ ਇਸ ਤਿਆਗਣਾ ਨੀ ਹੈ ਇਹ ਕੋਈ ਤਿਆਗ ਨੀ ਹੈ ਤਿਆਗ ਕਿ ਦੁਨੀਆਂ ਅੰਦਰ ਵੜ ਲਓ ਤੁਸੀਂ ਸੁਣੋ ਦਿਨ ਰਾਤ ਜਿਹੜੀ ਹੋ ਰਹੀ ਹੈ ਦਿਨ ਰਾਤ ਹੋ ਰਹੀ ਹੈ ਭਾਈ ਅੰਦਰ ਹਰ ਇੱਕ ਦੇ ਅੰਦਰ ਹੈ ਕਿੱਥੋਂ ਸੁਣੇ ਕੋਈ ਖਾਸ ਜਗ੍ਹਾ ਤੁਹਾਡੇ ਅੰਦਰ ਹਰ ਇੱਕ ਦੇ ਅੰਦਰ ਸੁਣ ਲਓ ਔਰ ਰੱਬ ਅੰਦਰ ਬੈਠਾ ਹੈ ਧੁਨੀ ਵਜਾ ਰਿਹਾ ਹੈ ਸ਼ਬਦ ਉਸ ਧੁਨੀ ਨੂੰ ਸ਼ਬਦ ਕਿਹਾ ਗਿਆ ਉਸ ਧੁਨੀ ਨੂੰ ਨਾਮ ਕਿਹਾ ਗਿਆ ਅੰਦਰ ਵੜੋ ਤੇ ਤਾਂ ਸੁਣੇਗੀ ਤੇ ਜਿੰਨਾ ਚਿਰ ਨਹੀਂ ਸੁਣਦੀ ਉਨਾ ਚਿਰ ਤੁਸੀਂ ਮਾਇਆ ਦਾ ਰਾਗ ਸੁਣਦੇ ਹੋ ਮੈਂ ਮੇਰੀ ਦਾ ਰਾਗ ਹੈ ਮਾਇਆ ਕੀ ਹੈ ਮੈਂ ਮੇਰੀ ਫਸੇ ਹੋਏ ਆ ਉਸ ਵੰਡੇ ਜਾ ਰਹੇ ਆ ਇੱਥੋਂ ਦਾ ਰਾਗ ਘੰਟਾ ਦੋ ਘੰਟੇ ਸੁਣ ਲਓਗੇ ਇਹੋ ਜਿਹਾ ਰਾਗ ਹੈ ਮੇਰੇ ਮਨ ਮੋਹਿਓ ਅਚਰਜ ਤਾਂ ਕੋ ਸਵਾਦ ਉਹਦਾ ਸਵਾਦ ਹੈ ਅਚਰਜ ਹੈ ਜਿਹੜਾ ਅੰਤੇ ਕਦੇ ਨੀ ਇਹੋ ਜਿਹਾ ਸਵਾਦ ਨੀ ਦੇਖਿਆ ਅਚਰਜ ਸਾਰ ਕਿੱਥੇ ਫਿਰਦੇ ਹੈ ਬਾਣੀ ਸਾਡਾ ਕੀ ਕਹਿੰਦੀ ਹੈ ਬਾਣੀ ਨੇ ਤਾਂ ਫੇਰ ਨਹੀਂ ਲਿਆ ਸਭ ਕੁਛ ਬਾਣੀ ਚ ਲਿਖਿਆ ਹੈ